ਸਵਾਗਤ ਹੈ ਦੋਸਤੋ ਤੁਹਾਡਾ ਪ੍ਰਗਟ ਸਿੰਘ ਲੋਪੋ ਕੇ ਚੈਨਲ ਤੇ ਦੋਸਤੋ ਤੇਜ਼ੀ ਨਾਲ ਵੱਧ ਰਿਹਾ ਹੈ ਓਮੀਕਰੋਨ ਅਤੇ ਕੋਵਿਡ ਸੰਕਰਮਣ ਦੇ ਦੌਰਾਨ ਆਯੂਸ਼ ਮੰਤਰਾਲੇ ਨੇ ਗਾਈਡਲਾਈਨ ਜਾਰੀ ਕਰਕੇ ਕੋਵਿਡ ਨਾਲ ਲੜਨ ਦੇ ਉਪਾਅ ਦੱਸੇ ਹਨ ਆਓ ਜਾਣਦੇ ਹਾਂ ਉਹ ਕਿਹੜੇ ਉਪਾਅ ਹਨ ਦਿਨ ਭਰ ਗਰਮ ਪਾਣੀ ਪੀਓ ਘਰ ਵਿੱਚ ਹੀ 30 ਮਿੰਟ ਵਾਸਤੇ ਹਰ ਰੋਜ਼ ਯੋਗ ਕਰੋ ਖਾਣੇ ਵਿੱਚ ਹਲਦੀ ਜੀਰਾ ਧਨੀਆ ਅਤੇ ਲਸਣ ਵਰਗੇ ਮਸਾਲਿਆਂ ਦਾ ਪ੍ਰਯੋਗ ਜ਼ਰੂਰ ਕਰੋ ਇਸ ਦੇ ਨਾਲ ਹੀ ਕੁਝ ਆਯੁਰਵੈਦਿਕ ਉਪਾਅ ਵੀ ਦੱਸੇ ਹਨ ਆਓ ਉਹਨਾਂ ਦੀ ਵੀ ਗੱਲ ਕਰ ਲੈਂਦੇ ਹਾਂ ਸਵੇਰ ਦੇ ਸਮੇਂ 10 ਗ੍ਰਾਮ ਦੇ ਲਗਭਗ ਚਵਨਪਰਾਸ਼ ਹਰ ਰੋਜ਼ ਖਾਓ ਦਾਲਚੀਨੀ ਤੁਲਸੀ ਕਾਲੀ ਮਿਰਚ ਅਤੇ ਮਨੁੱਕੀ ਨਾਲ ਤਿਆਰ ਹਰਬਲ ਚਾਹ ਜਾਂ ਕਾੜੇ ਦਾ ਸੇਵਨ ਜ਼ਰੂਰ ਕਰੋ ਇਸ ਦੇ ਨਾਲ ਹੀ ਹਲਦੀ ਵਾਲਾ ਦੁੱਧ ਵੀ ਜ਼ਰੂਰ ਪੀਓ 150 ml ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਦਾ ਪਾ ਕੇ ਦਿਨ ਵਿੱਚ ਇੱਕ ਵਾਰ ਜ਼ਰੂਰ ਸੇਵਨ ਕਰੋ ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਜਾਂ ਸੁੱਕੀ ਖਾਂਸੀ ਹੈ ਤਾਂ ਦਿਨ ਵਿੱਚ ਇੱਕ ਵਾਰ ਤਾਜ਼ੇ ਪੁਦੀਨੇ ਦੀਆਂ ਪੱਤੀਆਂ ਜਾਂ ਅਜਵਾਇਨ ਦੇ ਨਾਲ ਭਾਫ਼ ਲੈ ਸਕਦੇ ਹੋ ਜੇਕਰ ਇਹਨਾਂ ਉਪਾਅਾਂ ਨਾਲ ਕੋਵਿਡ ਦੇ ਲੱਛਣਾਂ ਵਿੱਚ ਕੋਈ ਗਰਾਵਿਟੀ ਨਹੀਂ ਆਉਂਦੀ ਜਾਂ ਤੁਹਾਨੂੰ ਆਰਾਮ ਮਹਿਸੂਸ ਨਹੀਂ ਹੁੰਦਾ ਤਾਂ ਤੁਰੰਤ ਤੁਸੀਂ ਆਪਣੇ ਡਾਕਟਰ ਦੇ ਨਾਲ ਸੰਪਰਕ ਕਰੋ ਦੋਸਤੋ ਸਾਨੂੰ ਖੁਦ ਨੂੰ ਵੀ ਸਾਫ ਦਾ ਨੀ ਰੱਖਣੀ ਬਹੁਤ ਜ਼ਰੂਰੀ ਹੈ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਮਾਸਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਹੱਥਾਂ ਦੀ ਸਫਾਈ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਵੈਕਸੀਨ ਦੇ ਦੋਨੋਂ ਡੋਜ਼ ਲਗਵਾ ਲੈਣੀਆਂ ਚਾਹੀਦੀਆਂ ਹਨ ਦੋਸਤੋ ਇਸ ਵੀਡੀਓ ਨੂੰ ਹਰ ਘਰ ਵਿੱਚ ਪਹੁੰਚਾਉਣ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ